Vaheguru, Vaheguru, Vaheguru Vaheguru Ji Ka Khalsa, Vaheguru Ji Ki Fateh My name is Jasteep Kaur I am a career counsellor, well-being coach and a public speaker today's morning hukumnama from shiri darbar sahib amritsar is by shri guru arjan dev ji in raktnasri ang 682 of shri guru granth sahib ji let's read it understand so that we can implement in our day to day life satnam shri vaheguru sahib jit nasri mohalla panchwa jisko bisre pranpat data soi ganhu apaga चरण कमल जाका मन रागियो अम्यो सरोवर पागा तेरा जन राम नाम रंग जागा आलस गया सब तन ते प्रीतम सियो मन लागा रहाओ ओ मनुख बद किस्मती समझो जिस तू जीवन रो चलाण वाले प्राणा मालक प्रभु विसर जांदा है पर ਜਿਸ ਵਡਭਾਗੀ ਗੁਰਮੁਖ ਦਾ ਮਨ ਪ੍ਰਭੂ ਦੇ ਕੋਮਲ ਚਰਨ ਕਮਲਾਂ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਉਹ ਆਤਮਿਕ ਜੀਵਨ ਦੇਣ ਵਾਲੇ ਬਖਸ਼ਿਸ਼ੀ ਨਾਮ ਜਲ ਦਾ ਸਰੋਵਰ ਲੱਭ ਰਹਿੰਦਾ ਹੈ हे ਪ੍ਰਭੂ ਤੇਰਾ ਸੇਵਕ ਤੇਰੇ ਨਾਮ ਰੰਗ ਦੇ ਪਿਆਰ ਵਿੱਚ ਟਿਕ ਕੇ ਸੰਸਾਰਕ ਮਾਇਆ ਮੋਹ ਵੱਲੋਂ ਸਦਾ ਹੀ ਸੁਚੇਤ ਰਹਿੰਦਾ ਹੈ ਪਰਮਾਤਮਿਕ ਕਿਰਪਾ ਸਦਕਾ ਸਰੀਰ ਵਿੱਚੋਂ ਸਾਰਾ ਆਲਸ ਖਤਮ ਹੋਣ ਨਾਲ ਹੁਨਮਨ ਇਕਾਗਰਤਾ ਵਿੱਚ ਪ੍ਰੀਤਮ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਰਹਾਉ ਲੈਟਸ ਰਿਲੇਟ ਥਿਸ ਵਿਦ ਆਰ ਡੇ ਟੂ ਡੇ ਲਾਈਫ ਸੋ ਥੈਟ ਵੀ ਕੈਨ ਇੰਪਲੀਮੈਂਟ ਇਟ ਟੂਡੇ ਇਥੇ ਮੈਂ ਐਗਜ਼ਾਮਪਲ ਲੈਂਨੀ ਆ ਦੋ ਇਨਸਾਨਾਂ ਦੀ ਪਹਿਲਾ ਇਨਸਾਨ ਸਵੇਰੇ ਜਗਦਾ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ ਹੈ ਨਿਤਨੇਮ ਕਰਦਾ ਹੈ ਪਰੇਸ਼ ਕਰਦਾ ਹੈ ਉਸ ਤੋਂ ਬਾਅਦ ਐਕਸਰਸਾਈਜ਼ ਕਰਦਾ ਹੈ ਆਪਣੀ ਬਾਡੀ ਨੂੰ ਮੇਨਟੇਨ ਕਰਨ ਵਾਸਤੇ ਉਸ ਤੋਂ ਬਾਅਦ ਹੈਲਦੀ ਬ੍ਰੈਕਫਾਸਟ ਖਾਂਦਾ ਹੈ ਤੇ ਤਿਆਰ ਹੋ ਕੇ ਆਪਣੇ ਕੰਮ ਤੇ ਜਾਂਦਾ ਹੈ ਦੂਸਰਾ ਇਨਸਾਨ ਉਹਨੂੰ ਸਵੇਰੇ ਉੱਠਣ ਦਾ ਕੋਈ ਸ਼ੌਕ ਨਹੀਂ ਹੁੰਦਾ ਜਾਂ ਉਹਦੇ ਕੋਲ ਸਵੇਰੇ ਉੱਠਿਆ ਹੀ ਨਹੀਂ ਜਾਂਦਾ ਬੜੇ ਟਾਈਮ ਨਾਲ ਬੜੇ ਜਦੋਂ ਉਹਦਾ ਕੰਮ ਤੇ ਜਾਣ ਦਾ ਸਮਾਂ ਹੁੰਦਾ ਹੈ ਉਸ ਤੋਂ ਥੋੜੀ ਦੇਰ ਪਹਿਲੇ ਬੜੇ ਆਲਸ उठद अपनी बॉडी किसी तरह ड्रैक करके तैयार होंद बिना ब्रेकफास्ट खाए चला जाता है तो या बड़ा अनहेल्दी ब्रेकफास्ट खा के जल्दी न अपने ऑफिस चला जाता चॉइस है अस किस तरह के इंसान बनना चाहवागे हूँ अगर अस पहले इंसान की गल करिए उसने सवेरे नितनेम भी किया वेन यू कनैक्ट विद दैट हायर पावर यू कनैक्ट विद योर सेल्फ वोदे अंदर इनर्जी एक्टिवेट होंगी है एंड दैन यू आर एबल टू डू ऑल द वर्कस दैट यू इंटेंड टू डू इन अ डे पर अगर तुम उस परमात्मा कनैक्ट ही नहीं करोगे ते आलस तो आलस अपना घर पूरी तरह थोड़े मन के अंदर बना लेगा तो उस कंफर्ट जोन तो निकल ही नहीं पाओगे Here's one story. There was a young boy. ਸੁੱਤਾ ਰਹਿੰਦਾ ਸੀ ਉਹਨੂੰ ਕੋਈ ਕੰਮ ਕਰਨ ਦਾ ਸ਼ੌਕ ਨਹੀਂ ਸੀ ਪੂਰਾ ਦਾ ਪੂਰਾ ਆਲਸ ਨਾਲ ਉਹ ਪ੍ਰੋਤ ਇੱਕ ਦਿਨ ਉਹਦੀ ਲਾਈਫ ਵਿੱਚ ਰੱਬ ਪ੍ਰਗਟ ਹੁੰਦਾ ਹੈ ਸਟੋਰੀ ਹੈ ਉਹਨੂੰ ਕਹਿੰਦੇ ਨੇ ਤੂੰ ਮੰਗ ਕੀ ਮੰਗਣਾ ਚਾਹੁੰਦਾ ਹੈ ਕੀ ਚਾਹੁੰਦਾ ਹੈ ਤੂੰ ਜ਼ਿੰਦਗੀ ਵਿੱਚ ਉਹ ਕਹਿੰਦਾ ਮੈਂ ਬੜਾ ਆਲਸੀ ਆ ਮੈਨੂੰ ਨਾ ਥੋੜਾ ਐਕਟਿਵ ਕਰ ਦਿਓ ਤਾਂ ਕਿ ਮੈਂ ਐਟਲੀਸਟ ਆਪਣੇ ਕੰਮਕਾਰ ਤੇ ਕਰ ਸਕਾਂ ਮੈਂ ਤਾਂ ਸੁੱਤਾ ਹੀ ਰਹਿੰਦਾ ਹਾਂ ਮਤਲਬ ਮੈਨੂੰ ਇੰਨੀ ਨੀਂਦ ਆਂਦੀ ਏ ਤੇ ਮੇਰਾ ਕੋਈ ਕੰਮ ਕਰਨ ਇਸ ਦਿਲ ਨਹੀਂ ਲੱਗਦਾ ਰਾ ਬੋ ਨੂੰ ਇੱਕ ਮੈਜਿਕ ਵਾਂਡ ਦਿੰਦੇ ਨੇ ਕਹਿੰਦੇ ਨੇ ਹੇਰ ਇਜ਼ ਅ ਮੈਜਿਕ ਵਾਂਡ ਇਹਦੇ ਕੋਲ ਤੂੰ ਜੋ ਮੰਗੇਗਾ ਨਾ ਤੈਨੂੰ ਮਿਲ ਜਾਏਗਾ ਉਹ ਮੈਜਿਕ ਵਾਂਡ ਨਾਲ ਕੁਝ ਕੰਮ ਕਰਦਾ ਹੈ ਕੁਝ ਆਪਣੀਆਂ ਡਿਮਾਂਡਸ ਰੱਖਦਾ ਹੈ ਉਹਦੀਆਂ ਪੂਰੀਆਂ ਹੁੰਦੀਆਂ ਨੇ ਬੜਾ ਖੁਸ਼ ਹੁੰਦਾ ਹੈ ਇੱਕ ਦਿਨ ਅਸਰਾਇ ਸਵੇਰੇ ਸੁੱਤਾ ਪਿਆ ਸੀ ਆਲਸ ਵਿੱਚ ਪਿਆ ਹੋਇਆ ਉਹਦੇ ਗ੍ਰੈਂਡਫਾਦਰ ਆਂਦੇ ਨੇ ਉਹਨੂੰ ਕਹਿੰਦੇ ਨੇ ਦੇਖ ਬਾਹਰ ਖੇਤਾਂ ਦਾ ਧਿਆਨ ਰੱਖੀ ਕਿਤੇ ਜਾਨਵਰ ਆ ਕੇ ਖੇਤ ਖਰਾਬ ਨਾ ਕਰ ਜਾਣ ਮੈਂ ਕਿਸੇ ਜ਼ਰੂਰੀ ਕੰਮ ਜਾ ਰਿਹਾ ਹਾਂ ਤੇ ਹੁਣ ਤੂੰ ਉੱਠ ਜਾ ਤੇ ਕੰਮ ਤੇ ਲੱਗ ਜਾ ਉਹ ਕਹਿੰਦੇ ਹਾਂ ਹਾਂ ਤੁਸੀਂ ਜਾਓ ਆਲ ਟੇਕ ਕੇਅਰ ਆਫ ਮੈਂ ਧਿਆਨ ਰੱਖਾਂਗਾ ਸ਼ਰਨੀਂ ਵਿੱਚ ਬੋਲ ਗਿਆ ਉਹਦੇ ਗ੍ਰੈਂਡਫਾਦਰ ਚਲੇ ਜਾਂਦੇ ਨੇ ਉੱਥੇ ਖੇਤਾਂ ਵਿੱਚ ਇੱਕ ਬੱਕਰੀ ਆਂਦੀ ਏ ਉਹ ਥੋੜੀ ਜਿਹੀ ਜਾਗ ਉਹਦੀ ਖੁਲਦੀ ਦੇਖਦਾ ਬੱਕਰੀਏ ਕਹਿੰਦੇ ਬੱਕਰੀਏ ਬੱਕਰੀ ਤਾਂ ਕੀ ਖਰਾਬ ਕਰੇਗੀ ਖੇਤ ਛੋਟੀ ਜੀ ਬੱਕਰੀ ਤਾਂ ਹੈਗੀ ਏ ਠੀਕ ਹੈ ਮੈਂ ਸੋ ਜਾਂਦਾ ਵਾਂ ਇਹ ਤਾਂ ਆਪੇ ਹੀ ਚਲੀ ਜਾਏਗੀ ਥੋੜੀ ਦੇਰ ਬਾਅਦ ਉਹਦੀ ਜਾਗ ਖੁੱਲਦੀ ਏ ਹੋਰ ਕਿੰਨੀਆਂ ਸਾਰੀਆਂ ਬੱਕਰੀਆਂ ਤੇ ਗਾਵਾਂ ਉੱਥੇ ਇਕੱਠੀਆਂ ਹੋਈਆਂ ਹੁੰਦੀਆਂ ਕਹਿੰਦਾ ਹੈ ਇਸਨੇ ਤੇ ਆਪਣੇ ਸਾਰੇ ਫਰੈਂਡਸ ਨੂੰ ਵੀ ਇਨਵਾਈਟ ਕਰ ਲਿਆ ਉਹ ਹਰਬਰਾਇਡ ਨਾ ਉੱਠਦਾ ਹੈ ਮੈਜਿਕ ਵਾਂਡ ਲੱਭਣ ਜਾਂਦਾ ਹੈ ਦੇਖਤਾ ਹੈ ਕਿ ਜਾਨਵਰਾਂ ਨੇ ਮੈਜਿਕ ਵੌਂਡ ਵੀ ਉਹਦਾ ਤੋੜ ਦਿੱਤਾ। ਸੋ ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਕਿ ਇਵਨ ਮੈਜਿਕ ਵੌਂਡ ਯੂਜ਼ ਕਰਨ ਵਾਸਤੇ ਵੀ ਉਹਨੂੰ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਹੀ ਆਣਾ ਪੈਣਾ ਸੀਗਾ। ਸੋ ਤੁਸੀਂ ਕਿੰਨੀਆਂ ਵੀ ਰਿੰਗਸ ਪਾ ਲਓ, ਕਿੰਨੇ ਵੀ ਉਪਰਾਲੇ ਕਰ ਲਓ ਕਿ ਸਾਡਾ ਇਹ ਕੰਮ ਹੋ ਜਾਏ, ਉਹ ਕੰਮ ਹੋ ਜਾਏ, ਐਕਸ਼ਨ। ਕਮਿੰਗ ਆਊਟ ਆਫ ਯਰ ਕੰਫਰਟ ਜ਼ੋਨ ਇਜ਼ ਵੈਰੀ ਵੈਰੀ ਇੰਪੋਰਟੈਂਟ। ਹੁਣ ਅਸੀਂ ਆਪਣੇ ਕੰਫਰਟ ਜ਼ੋਨ ਤੋਂ ਕਿਸਰਾ ਬਾਹਰ ਆ ਸਕਦੇ ਆ ਅਸੀਂ ਇਸ ਤਰ੍ਹਾਂ ਬਾਹਰ ਆ ਸਕਦੇ ਆ ਜਦੋਂ ਅਸੀਂ ਵਾਇਗਰੂ ਦਾ ਜਾਪ ਕਰਦੇ ਆ ਅਸੀਂ ਇਨਫੈਕਟ ਆਪਣੇ ਅੰਦਰ ਇੱਕ એનર્ਜੀ ਐਕਟੀਵੇਟ ਕਰਦੇ ਆ ਔਰ ਉਸ ਟੈਂਸ਼ਨਲ ਕਰਦੇ ਆ ਕਿ ਜੋ ਵੀ ਅਸੀਂ ਜ਼ਿੰਦਗੀ ਚ ਕਰਨਾ ਚਾਹੁੰਦੇ ਆ ਉਹ ਅਸੀਂ ਕਰ ਪਾਈਏ ਉਸ ਤੇ ਅਸੀਂ ਐਕਸ਼ਨ ਲੈ ਸਕੀਏ ਸੋ ਅੱਜ ਇੱਕ ਅਸਾਈਨਮੈਂਟ ਕਰਕੇ ਦੇਖੋ ਦੇਖੋ ਆਪਣੇ ਲਾਈਫ ਦੇ ਏਰੀਆਸ ਨੂੰ ਹੈਲਥ फैमिली योर वर्क योर फाइनेस योर रिलेशनशिप्स तुसी के केड़े एरियाज एरिया बड़ा आलस आ गया कुछ करना चाहते हो बट आलस दे मारे तुसी उस ते आज तक एक्शन ही नहीं लिया सो so, आज परमात्मा का नाम लो हायर पावर नाल अपने आप नु कनेक्ट करो क्योंकि वो थोड़ा बीइंग शिफ्ट होंगे सी जो थोड़े अंदर एनर्जी आ जाती है उस परमात्मा का नाम लैन तो बाद योर बीइंग इज शिफ्टिड ਐਂਡ ਜਿਹੜੇ ਪੋਜ਼ਿਟਿਵ ਬੀਇੰਗ ਨਾਲ ਤੁਸੀਂ ਐਕਸ਼ਨ ਲੈ ਸਕਦੇ ਹੋ ਸੋ ਅੱਜ ਇਸ ਨੂੰ ਇੰਪਲੀਮੈਂਟ ਕਰਕੇ ਦੇਖੋ ਪਰਮਾਤਮਾ ਦਾ ਨਾਮ ਲਓ ਉਹ ਏਰੀਆਜ਼ ਜੋਟ ਡਾਊਨ ਕਰੋ ਕਿ ਕਿਹੜੇ ਕਿਹੜੇ ਏਰੀਆਜ਼ ਦੇ ਜਿੱਥੇ ਤੁਸੀਂ ਬੜਾ ਆਲਸ ਕਰ ਰਹੇ ਹੋ ਕੁਝ ਕਰਨਾ ਚਾਹੁੰਦੇ ਹੋ ਬਟ ਕਰ ਨਹੀਂ 파ਰੇ ਸੋ ਸੀਕ தி ਬਲੇਸਿੰਗਸ ਆਫ ਦ ਅਲਮਾਈਟੀ ਐਂਡ ਟੇਕ ਦ ਐਕਸ਼ਨ ਐਂਡ ਦੈਨ ਸ਼ੇਅਰ ਯੂਅਰ ਐਕਸਪੀਰੀਐਂਸਸ ਵਿਦ ਮੀ ਥੈਂਕ ਯੂ ਸੋ ਮੱਚ हैव अ ग्रेट डे बी बैलेंस्ड बी हैप्पी वाहगुरु जी का खालसा वाहगुरु जी की फतेह वाह